ਤਾਂ ਅਸੀਂ ਅਜੇ ਜਾ ਹੀ ਰਹੇ ਸੀ ਕਿ ਅੱਗੋਂ DSP ਜੀਰਾ ਇੱਕ ਰੋੜਿਆਂ ਵਾਲੀ ਟਰਾਲੀ ਨੂੰ ਇਸ਼ਾਰਾ ਕਰਦਾ ਪਿਆ। ਔਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਸਿੱਧੀਆਂ ਗੋਲੀਆਂ ਵੀ ਚਲਾਈਆਂ, ਸਾਰਾ ਕੁਛ ਕੀਤਾ। MLA ਦਾ ਮੁੰਡਾ ਉੱਥੇ ਸੀ, ਉਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਮੁੰਡਾ ਸੀਗਾ ਕਮਾਲਗੜ੍ਹ ਦਾ, ਜਿਹਨੇ ਕਿ ਮੇਰੇ ਅਤੇ ਕਿਰਪਾਨ ਦਾ ਜਾਨੋ ਮਾਰ ਦੇਣ ਦੀ ਨੀਅਤ ਨਾਲ ਮੇਰੇ 'ਤੇ ਵਾਰ ਕੀਤਾ, ਅਤੇ ਔਰ ਉਹ ਜਿਹੜੀ ਸੀ ਕਿਰਪਾਨ ਮੇਰੀ ਉਹ ਅੱਖ 'ਤੇ ਲੱਗੀ। ਮੈਨੂੰ ਪਹਿਲਾਂ ਵੀ ਕਈ ਗੈਂਗਸਟਰਾਂ ਦੀ ਕਾਲਸ ਆਈਆਂ, ਜਿਵੇਂ ਅਰਸ਼ ਡਾਲੇ ਵਰਗੇ ਦੀਆਂ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਥੋੜ੍ਹਾ ਜਿਹਾ ਧਿਆਨ ਨਾਲ ਚੱਲੋ, ਸਰਕਾਰ ਦੇ ਉਲਟ ਨਾ ਬੋਲੋ। ਕਹਿੰਦੇ ਉਸ ਦਿਨ ਤਾਂ ਬਚ ਗਿਆ, ਪਰ ਹੁਣ ਅੱਗੇ ਤੋਂ ਆਪਦਾ ਧਿਆਨ ਨਾਲ ਬੋਲੋ। ਉਹ ਗੁਰਸਿੱਖ ਸਰਪੰਚ ਆ, ਉਹਨੂੰ ਜਦੋਂ ਆ ਰਿਹਾ ਸੀਗਾ ਉਹ ਕਾਗਜ਼ ਭਰਨ ਲਈ, ਤਾਂ ਉਹਨੂੰ ਰਸਤੇ ਦੇ ਵਿੱਚ 5-7 ਗੱਡੀਆਂ ਰੋਕ ਕੇ, ਉਹਨੂੰ ਘੇਰ ਕੇ, ਉਹਨੂੰ ਉਹਦੀ ਗੱਡੀ 'ਚੋਂ ਲਾਹ ਕੇ ਪੁੱਟ ਕੇ ਬੇਸਬਾਲਾਂ ਦੇ ਨਾਲ, ਅਤੇ ਆਪਦੀ ਫੋਰਚੂਨਰ ਦੇ ਵਿੱਚ ਸੁੱਟ ਕੇ ਲੈ ਗਏ। ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਵਿਵਾਦ ਸ਼ੁਰੂ ਹੋ ਗਿਆ, ਉਮੀਦਵਾਰਾਂ ਦੀ ਨਾਮਜ਼ਦਗੀਆਂ ਭਰਨ ਨੂੰ ਲੈ ਕੇ। ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਵਿਰੋਧੀ ਧਿਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ, ਪਰ ਜੀਰਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਤਸਵੀਰਾਂ ਦੇ ਰਾਹੀਂ ਸਭ ਦੇ ਸਾਹਮਣੇ ਆ। ਕੁਲਵੀਰ ਜੀਰਾ, ਸਾਬਕਾ ਵਿਧਾਇਕ ਜੀਰਾ ਦੇ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੂੰ ਜੀਰਾ ਦੀ ਘਟਨਾ ਦੇ ਦੌਰਾਨ ਸੱਟ ਵੀ ਲੱਗੀ। ਜੀਰਾ ਸਾਹਿਬ, ਪੰਚਾਇਤੀ ਚੋਣਾਂ ਇੱਕ ਹਿਸਾਬ ਨਾਲ ਲੋਕਤੰਤਰ ਦੀ ਕਹੀਏ ਸਭ ਤੋਂ ਮਜ਼ਬੂਤ ਇਕਾਈ ਕਹਿ ਲਈਏ, ਜੜ੍ਹ ਹੈ ਜਿਹੜੀ, ਉਹ ਚੋਣਾਂ ਨੇ, ਪਰ ਇਹਨਾਂ ਚੋਣਾਂ ਦੇ ਦੌਰਾਨ ਇਹ ਜੋ ਕੁਝ ਵਾਪਰਿਆ ਆਖਿਰ ਇਹ ਹੋਇਆ ਕਿਉਂ? ਗੱਲ ਇਹ ਆ ਕਿ ਜਿਸ ਦਿਨ ਤੋਂ ਇਲੈਕਸ਼ਨ ਕਮਿਸ਼ਨ ਨੇ ਐਲਾਨ ਕਰ ਦਿੱਤਾ, ਉਸ ਦਿਨ ਤੋਂ ਹੀ ਸਾਡੇ ਜਿਹੜੇ ਵਰਕਰ ਸੀ ਜਾਂ ਹੋਰ ਪਾਰਟੀਆਂ ਦੇ ਜਿਹੜੇ ਵਰਕਰ ਸੀ, ਉਹ ਜਦੋਂ BDPO ਦਫ਼ਤਰ ਜਾਂਦੇ ਸੀ ਤਾਂ ਉਹਨਾਂ ਨੂੰ ਉੱਥੇ ਜਾਂ ਉਹਨਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ। ਅਸਲ 'ਚ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਲੀਡਰ ਨੇ, ਉਹਨਾਂ ਦਾ ਜਿਹੜਾ ਪੁੱਤਰ ਆ ਸ਼ੰਕਰ ਕਟਾਰੀਆ, ਇੱਕ ਬਖਲਾਟ ਦੇ ਵਿੱਚ ਸੀਗੀ ਕਿ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਹੋਵੇ ਅਤੇ ਅਜੇ ਸਰਕਾਰ ਨੂੰ ਸਿਰਫ ਕਰੀਬ 2-2.5 ਸਾਲ ਹੋਏ ਹੋਣ, ਅਤੇ ਸਾਨੂੰ ਪਿੰਡਾਂ ਦੇ ਵਿੱਚ ਜਿੱਥੇ ਅਸੀਂ 200-200 ਵੋਟ ਵਧੇ ਸੀ, ਸਾਨੂੰ ਉਹਨਾਂ ਪਿੰਡਾਂ 'ਚ ਵੋਟਾਂ ਹੀ 50 ਪੈਣ ਜਾਂ ਕਿਸੇ ਪਿੰਡ 'ਚੋਂ 20 ਪੈਣ, ਤਾਂ ਇਹਨਾਂ ਨੂੰ ਇਹ ਸੀਗਾ ਕਿ ਜੇ ਕਿਤੇ ਸਰਪੰਚੀ ਦੇ ਇਲੈਕਸ਼ਨ ਹੁੰਦੇ ਆ ਅਤੇ ਸਾਡਾ ਤਾਂ ਇੱਕ ਵੀ ਸਰਪੰਚ ਨਹੀਂ ਬਣਨਾ ਗਾ, ਅਤੇ ਜੇ ਸਾਡਾ ਸਰਪੰਚ ਨਾ ਬਣਿਆ ਤਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਸਾਡੇ 'ਤੇ ਕੋਈ ਐਕਸ਼ਨ ਵੀ ਲੈ ਸਕਦਾ। ਇਸ ਤਹਿਤ ਇਹਨਾਂ ਨੇ ਕਿ ਆਪਣੇ ਜਿਹੜੇ ਹੈਗੇ ਸੀ ਗੈਂਗਸਟਰ, ਮੈਂ ਤਾਂ ਇਹ ਗੱਲ ਕਹਾਂਗਾ ਕਿ ਕਈ ਗੈਂਗਸਟਰਾਂ ਤੋਂ ਵੀ ਇਹਨਾਂ ਨੇ ਮਦਦ ਲਈ। ਮੈਨੂੰ ਪਹਿਲਾਂ ਵੀ ਕਈ ਗੈਂਗਸਟਰਾਂ ਦੀ ਕਾਲਸ ਆਈਆਂ, ਜਿਵੇਂ ਅਰਸ਼ ਡਾਲੇ ਵਰਗੇ ਦੀਆਂ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਥੋੜ੍ਹਾ ਜਿਹਾ ਧਿਆਨ ਨਾਲ ਚੱਲੋ, ਸਰਕਾਰ ਦੇ ਉਲਟ ਨਾ ਬੋਲੋ। ਤਾਂ ਮੈਨੂੰ ਇੱਕ ਗੱਲ ਦੱਸੋ ਕਿ ਮੇਰੇ ਬੋਲਣ 'ਤੇ ਉਹਨਾਂ ਗੈਂਗਸਟਰਾਂ ਨੂੰ ਕੀ ਪ੍ਰੋਬਲਮ? ਔਰ ਕਹਿੰਦੇ ਆ ਸਰਕਾਰ ਦੇ ਖਿਲਾਫ ਨਾ ਬੋਲ। ਮੈਂ ਜਦੋਂ ਪਿੱਛੇ ਜੇ ਇਹੋ ਸਰਪੰਚਾਂ ਦਾ ਜਿਹੜਾ ਧਰਨਾ ਲੱਗਾ ਸੀ ਜਦੋਂ ਮੈਨੂੰ ਰੋਪੜ ਜੇਲ੍ਹ ਜਾਣਾ ਪਿਆ, ਤਾਂ ਉਦੋਂ ਵੀ ਉਹਨਾਂ ਨੇ ਇੱਕ ਜਿਹੜੀ ਆਡੀਓ ਆ, ਉਹਨਾਂ ਨੇ ਇੱਕ ਮੈਨੂੰ ਕਾਲ ਕੀਤੀ, ਕਾਲ ਕਰਕੇ ਮੇਰੇ ਕੋਲ ਰਿਕਾਰਡਿੰਗ ਵੀ ਆਉਂਦੀ ਹੈਗੀ, ਉਹਦੇ 'ਚ ਵੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਉਸ ਦਿਨ ਰੋਪੜੋਂ ਤਾਂ ਬਚ ਗਿਆ। ਮੈਂ ਕੁਦਰਤੀ ਉਸ ਦਿਨ ਚੰਡੀਗੜ੍ਹ ਨੂੰ ਚਲਾ ਗਿਆ, ਨਹੀਂ ਤਾਂ ਮੈਂ ਜੇ ਜੀਰੇ ਆਉਂਦਾ ਫਿਰ ਮੈਂ ਵਾਇਆ ਰੋਪੜ ਹੀ ਆਉਣਾ ਸੀਗਾ, ਅਤੇ ਮੈਂ ਚੰਡੀਗੜ੍ਹ ਨੂੰ ਚਲਾ ਗਿਆ। ਕਹਿੰਦੇ ਉਸ ਦਿਨ ਤਾਂ ਬਚ ਗਿਆ, ਪਰ ਹੁਣ ਅੱਗੇ ਤੋਂ ਆਪਦਾ ਧਿਆਨ ਨਾਲ ਬੋਲੀ। ਔਰ ਇਸੇ ਤਰ੍ਹਾਂ ਇਹਨਾਂ ਨੇ ਗੁੰਡੇ ਜਿਹੜੇ ਸੀਗੇ ਉਹ ਸਾਰੇ ਬਲਾਕਾਂ 'ਚ, ਚਾਹੇ ਮਖੂ ਬਲਾਕ ਆ ਚਾਹੇ ਜੀਰਾ ਬਲਾਕ, ਉੱਥੇ ਆਪਦੇ ਜਿਹੜੇ ਗੁੰਡੇ ਸੀਗੇ ਉਹਨਾਂ ਨੂੰ ਮਾਰੂ ਹਥਿਆਰ ਦੇ ਕੇ ਜਿਹੜੇ ਆ ਉਹਨਾਂ ਨੂੰ ਬਿਠਾਇਆ ਸੀ।
ਤਿੰਨ ਚਾਰ ਗੱਡੀਆਂ ਇਹਨਾਂ ਨੇ ਤੋੜੀਆਂ ਔਰ ਉਸ ਤੋਂ ਬਾਅਦ ਦੇ ਵਿੱਚ ਇਹ ਹਾਲਾਤ ਮਮਦੋਟ ਦੇ ਵਿੱਚ ਹੀ ਸੀ, ਇਹ ਕੱਲ ਬਲਾਕ ਦੇ ਵਿੱਚ ਸੀ, ਇਹ ਪਿੰਕੀ ਜੀ ਦੇ ਸੀਗੇ, ਇਹ ਹਾਲਾਤ ਗੁਰੂਰ ਸਾਹਿਬ ਸੀ। ਅੱਛਾ, ਤੁਸੀਂ ਜਦੋਂ ਇਹ ਕੱਲ ਘਟਨਾ ਵਾਪਰੀ ਹੈ, ਕੀ ਤੁਹਾਨੂੰ ਐਸਾ ਕੋਈ ਖਦਸ਼ਾ ਸੀ? ਤੁਸੀਂ ਪੁਲਿਸ ਅਫਸਰਾਂ ਨੂੰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਹੀ ਘਟਨਾ ਵਾਪਰ ਸਕਦੀ ਹੈ? ਜੇ ਦਿੱਤੀ ਵੀ ਸੀ ਜਾਣਕਾਰੀ ਤਾਂ ਇਹ ਇੱਕੇਦਮ ਐਸਾ ਮਾਹੌਲ ਕਿਵੇਂ ਪੈਦਾ ਹੋ ਗਿਆ? ਉੱਥੇ ਇੰਨੇ ਲੋਕ ਵੱਡੀ ਗਿਣਤੀ 'ਚ ਕਿਵੇਂ ਇਕੱਠੇ ਹੋਏ, ਜਿਸ ਤਰ੍ਹਾਂ ਦੀ ਅਸੀਂ ਤਸਵੀਰ ਦੇਖ ਰਹੇ ਸੀ, ਆਹਮਣੇ ਸਾਹਮਣੇ ਟਕਰਾਅ ਹੋ ਰਿਹਾ ਸੀ? ਗੱਲ ਇਹ ਆ ਬਰਾੜ ਸਾਹਿਬ, ਇਹਦੇ ਬਾਰੇ ਕੋਈ ਜਾਣਕਾਰੀ ਦੀ ਤਾਂ ਕੋਈ ਲੋੜ ਹੀ ਨਹੀਂ ਸੀ, ਜਦੋਂ ਤਿੰਨ ਚਾਰ ਦਿਨਾਂ ਤੋਂ ਪਹਿਲਾਂ ਹੀ ਬਲਾਕ ਦੇ ਵਿੱਚ ਰੋਜ਼ ਜਿਹੜੀ ਹੈ ਕਿ ਛੱਤਰ ਪੌਲਾ ਚੱਲਦਾ ਸੀ, ਭੰਨ ਤੋੜ ਗੱਡੀਆਂ ਦੀ ਹੁੰਦੀ ਸੀ, ਤਾਂ ਉਸ ਤੋਂ ਬਾਅਦ ਇਸ ਦੇ ਅਧੀਨ ਹੀ ਅਸੀਂ 30 ਤਰੀਕ ਦਾ ਧਰਨਾ ਜਿਹੜਾ ਜ਼ਿਲ੍ਹਾ ਪੱਧਰੀ ਧਰਨਾ ਜਿਹੜਾ ਉਹ DC ਅਤੇ SSP ਦੇ ਅੱਗੇ ਦਫ਼ਤਰ ਅੱਗੇ ਰੱਖਿਆ ਔਰ ਉਸ ਧਰਨੇ ਦੇ ਵਿੱਚ ਸ਼ੇਰ ਸਿੰਘ ਘਬਾਇਆ ਜੀ ਮੈਂਬਰ ਪਾਰਲੀਮੈਂਟ ਉਹ ਵੀ ਪਹੁੰਚੇ, ਪਰਮਿੰਦਰ ਸਿੰਘ ਪਿੰਕੀ ਜੀ ਪਹੁੰਚੇ, ਆਸ਼ੂ ਬਾਂਗੜ ਜੀ ਪਹੁੰਚੇ, ਗੁਰੂਰ ਸਾਹ ਦੇ ਔਰ ਸਾਡੀ ਸਾਰੇ ਬਲਾਕ ਪ੍ਰਧਾਨ ਜਿਹੜੀ ਟੀਮ ਆ ਜ਼ਿਲ੍ਹੇ ਦੀ ਉਹ ਵੀ ਸਾਰੀ ਉੱਥੇ ਪਹੁੰਚੀ। ਅਸੀਂ ਜਦੋਂ ਉਹਨਾਂ ਨੂੰ ਦੱਸਿਆ ਉਸ ਦਿਨ ਹੀ ਜਿੱਦਣ ਧਰਨਾ ਸੀ, ਉਦੋਂ ਸਾਡਾ ਛੋਟੀਆਂ ਚੱਕੀਆਂ ਪਿੰਡ ਪੈਂਦਾ ਜੀਰੇ ਬਾਹੂ ਬਲਾਕ ਦੇ ਵਿੱਚ ਜੀਰੇ ਹਲਕੇ 'ਚ, ਤਾਂ ਉੱਥੋਂ ਦਾ ਬਲਵਿੰਦਰ ਸਿੰਘ ਸਰਪੰਚ ਆ, ਉਹ ਗੁਰਸਿੱਖ ਸਰਪੰਚ ਆ, ਉਹਨੂੰ ਜਦੋਂ ਆ ਰਿਹਾ ਸੀਗਾ ਕਾਗਜ਼ ਭਰਨ ਲਈ ਤਾਂ ਉਹਨੂੰ ਰਸਤੇ ਦੇ ਵਿੱਚ 5-7 ਗੱਡੀਆਂ ਰੋਕ ਕੇ ਉਹਨੂੰ ਘੇਰ ਕੇ ਉਹਨੂੰ ਉਹਦੀ ਗੱਡੀ 'ਚੋਂ ਲਾਹ ਕੇ ਕੁੱਟ ਕੇ ਬੇਸਬਾਲਾਂ ਦੇ ਨਾਲ ਤਾਂ ਆਪਦੀ ਫੋਰਚੂਨਰ ਦੇ ਵਿੱਚ ਸੁੱਟ ਕੇ ਲੈ ਗਏ ਔਰ ਆਪਦੀ ਫੋਰਚੂਨਰ 'ਤੇ ਲਿਜਾ ਕੇ ਮੋਟਰ 'ਤੇ ਲਿਜਾ ਕੇ ਉਹਨੂੰ ਕੁੱਟਿਆ, ਬੇਸਬਾਲਾਂ ਨਾਲ ਉਹਦੀ ਪੱਗ ਲਾਈ, ਉਹਦੀ ਦਾੜੀ ਪੱਟੀ, ਉਹ ਅੰਮ੍ਰਿਤਧਾਰੀ ਸੀ, ਉਹਦਾ ਸਿਰੀ ਸਾਹਿਬ ਜਿਹੜਾ ਸੀ ਉਹ ਤੋੜਿਆ ਔਰ ਅਸੀਂ SSP ਨੂੰ ਉਦਣ ਵਿਖਾਇਆ ਕਿ ਵੇਖੋ ਇਹਦੇ ਹਾਲਾਤ ਕੀ, ਇਹਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ, ਪਰ ਜਦੋਂ ਅਸੀਂ ਉਹਨਾਂ ਨੂੰ ਦਿਖਾਇਆ ਤਾਂ ਕਹਿੰਦੇ ਜੀ ਤੁਸੀਂ ਬੇਫਿਕਰ ਹੋ ਜਾਓ ਅਸੀਂ ਕਾਰਵਾਈ ਕਰਾਵਾਂਗੇ। ਉਸ ਤੋਂ ਬਾਅਦ ਮੈਂ ਉਹਨੂੰ ਪੁਲਿਸ ਸਟੇਸ਼ਨ ਵੀ ਲੈ ਕੇ ਆਇਆ SSP ਤੋਂ ਬਾਅਦ ਸਿੱਧਾ, ਅਜੇ ਤੱਕ ਉਹਨਾਂ ਬੰਦਿਆਂ 'ਤੇ ਕਾਰਵਾਈ ਨਹੀਂ ਸੀ ਹੋਈ। ਅਗਲੇ ਦਿਨ ਜਦੋਂ ਕੱਲ੍ਹ ਦੀ ਗੱਲ ਜਿਹੜੀ ਮੈਂ ਕਰਦਾ ਕਿ ਅਸੀਂ ਜਦੋਂ ਨੋਮੀਨੇਸ਼ਨ ਕਰ ਰਹੇ ਸੀ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਕਿ ਆਪਾਂ ਜ਼ੀਰਾ ਕੋਠੀ ਤੋਂ ਚੱਲਾਂਗੇ, ਜਦੋਂ ਇੱਥੋਂ ਚੱਲਣ ਦੀ ਗੱਲ ਕੀਤੀ ਤਾਂ 11 ਵਜੇ ਦੇ ਕਰੀਬ SHO ਸਿਟੀ ਇੱਥੇ ਆਉਂਦਾ, ਉਹ ਆਣ ਕੇ ਕਹਿੰਦਾ ਕਿ ਜ਼ੀਰਾ ਸਾਹਿਬ ਆ DSP ਜ਼ੀਰਾ ਨਾਲ ਗੱਲ ਕਰੋ ਔਰ DSP ਜ਼ੀਰਾ ਮੈਨੂੰ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਅਜੇ ਨੋਮੀਨੇਸ਼ਨ ਕਰਨ ਨਾ ਆਇਆ ਜੇ, ਕਿਉਂਕਿ ਅਜੇ ਇਹਨਾਂ ਦਾ 150-200 ਬੰਦਾ ਲੈਣਾ 'ਚ ਲੱਗਾ ਅਤੇ ਇਸ ਕਰਕੇ ਲੜਾਈ ਝਗੜਾ ਹੋ ਸਕਦਾ ਅਤੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪ ਹੀ ਤੁਹਾਨੂੰ ਇੱਥੋਂ ਲੈ ਕੇ ਜਾਵਾਂਗੇ, ਸਾਡੀਆਂ ਬੱਸਾਂ ਆਉਣਗੀਆਂ, ਬੱਸਾਂ 'ਚ ਬਿਠਾ ਕੇ ਤੁਹਾਡੇ ਕੈਂਡੀਡੇਟ ਨੂੰ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਤੁਹਾਡੇ ਪੇਪਰ ਜਿਹੜੇ ਆ ਉਹ ਨਾਮਜ਼ਦ ਕਰਾਏ ਜਾਣ। ਤਾਂ ਮੈਂ ਸਾਰਿਆਂ ਬੰਦੇ ਨਾਲ ਸਲਾਹ ਕੀਤੀ, ਉਹ ਕਹਿੰਦੇ ਠੀਕ ਆ। ਉਸ ਤੋਂ ਬਾਅਦ 11 ਤੋਂ ਬਾਅਦ 11:30 12 ਮੈਂ ਆਖਿਆ ਕਿ ਗੱਲ ਕੀ ਹੈ, ਅਤੇ ਉਸ ਤੋਂ ਬਾਅਦ ਸਾਡਾ ਇੱਕ ਵਰਕਰ ਸੀ, ਜਦੋਂ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਹੀਂ ਸੀ ਮਿਲਦੀਆਂ ਅਤੇ ਬੈਂਕ ਅਕਾਊਂਟ ਵੀ ਇਹਨਾਂ ਨੇ ਬੰਦ ਕਰਤੇ, ਉਹ ਕਿਸੇ ਬੈਂਕ ਵਾਲੇ ਨਾਲ ਪੰਜਾਬ ਨੈਸ਼ਨਲ ਨਾਲ ਗੱਲ ਹੋਈ, ਉਹਨੇ ਆਖਿਆ ਕਿ ਲਿਆਓ ਜੀ ਮੇਰੇ ਕੋਲ ਪੈਸੇ ਜਮ੍ਹਾਂ ਕਰਾਓ, ਮੈਂ ਉਹ ਖਾਤੇ 'ਚ ਪਾ ਦਿੰਦਾ। ਜਦੋਂ ਪੈਸੇ ਜਮ੍ਹਾਂ ਕਰਾਉਣ ਬੈਂਕ 'ਚ ਗਿਆ, ਉਹ ਜਦੋਂ ਬਾਹਰ ਨਿਕਲਦਾ ਪਿਆ ਸੀ ਤਾਂ ਇਹ ਜਿਹੜੇ ਸੀਗੇ ਰਿਪੂ ਵਾੜੇ ਤੋਂ ਅਤੇ ਜਿਹੜਾ ਗੋਪੀ ਕਮਾਲਗੜ੍ਹ ਸੀ ਅਤੇ ਇਹਨਾਂ ਨਾਲ ਇੱਕ ਗਗਨਾ ਸੀ ਮਸੂਰ ਦੇ ਵਿੱਚ, ਇਹਨਾਂ 8-10 ਜਣਿਆਂ ਨੇ ਆਣ ਕੇ ਉਹਦੀ ਗੱਡੀ ਭੰਨਣੀ ਸ਼ੁਰੂ ਕਰ ਦਿੱਤੀ, ਸਾਰੇ ਸ਼ੀਸ਼ੇ ਤੋੜ ਦਿੱਤੇ, ਗੱਡੀ ਦੀਆਂ ਲਾਈਟਾਂ ਤੋੜਤੀਆਂ, ਸ਼ੀਸ਼ੇ ਤੋੜਤੇ, ਮੁਖੀ ਜੋ ਇਹ ਕਰ ਸਕਦੇ ਸੀ ਇਹਨਾਂ ਨੇ, ਉਹਨੇ ਭੱਜ ਕੇ ਆਪਦੀ ਜਾਨ ਬਚਾਈ। ਤਾਂ ਮੈਂ ਉਦੋਂ DGP ਸਾਹਿਬ ਜਲੰਧਰ ਆਏ ਸੀ, ਮੈਂ ਉਹਨਾਂ ਨੂੰ ਵੀਡੀਓ ਭੇਜੀ, ਮੈਂ ਉਹਨਾਂ ਦੇ ਧਿਆਨ 'ਚ ਲਿਆਂਦਾ ਤਾਂ ਉਹਨਾਂ ਨੇ ਉਦੋਂ ਹੀ ਜਿਹੜੇ DGP ਲਾਅ ਐਂਡ ਆਰਡਰ ਨੇ ਅਰਪਿਤ ਸ਼ੁਕਲਾ ਉਹਨਾਂ ਨੂੰ ਕਿਹਾ ਕਿ ਜੀਰਾ ਜੀ ਨਾਲ ਗੱਲ ਕਰੋ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਜੀ DG ਸਾਹਿਬ ਨੇ ਕਿਹਾ ਕੀ ਗੱਲ ਆ, ਮੈਂ ਕਿਹਾ ਜੀ ਆਹ ਗੱਲਬਾਤ ਆ। ਤਾਂ ਇਹ DSP ਜੀਰਾ ਉਹਨਾਂ ਨੂੰ ਕਿਹਾ ਸੀ ਜੀ, ਕਹਿੰਦਾ ਸੀਗਾ ਕਿ ਇੱਥੇ ਸਭ ਪੀਸਫੁਲ ਚੱਲ ਰਿਹਾ। ਮੈਂ ਫਿਰ ਜਦੋਂ ਵੀਡੀਓ ਭੇਜੀਆਂ ਫਿਰ ਉਹਨਾਂ ਨੂੰ ਲੱਗਿਆ ਕਿ ਵਾਕਈ DSP ਸਾਡਾ ਜਿਹੜਾ ਉਹ ਝੂਠ ਬੋਲ ਰਿਹਾ, ਤਾਂ ਉਹ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਜੀ, ਤੁਹਾਡੇ ਨਾਲ SP ਜਿਹੜੇ ਨੇ ਇੱਥੇ ਚੌਧਰੀ ਆ ਜਿਨ੍ਹਾਂ ਦੀ ਡਿਊਟੀ ਆ ਉਹ ਤੁਹਾਡੇ ਨਾਲ ਗੱਲ ਕਰਨਗੇ ਔਰ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਤੁਹਾਡੇ
ਪੰਚਾਂ ਸਰਪੰਚਾਂ ਦੇ ਜਿਹੜੇ ਨਾਮਜ਼ਦ ਪੱਤਰ ਜਿਹੜੇ ਕਰਾਉਣਗੇ। ਮੈਂ ਕਿਹਾ ਠੀਕ ਆ ਜੀ। ਉਹ SHO 11 ਵਜੇ ਤੋਂ ਲੈ ਕੇ ਇੱਥੇ ਬੈਠਾ ਰਿਹਾ 12:30 ਵਜੇ। ਮੈਂ ਫਿਰ ਕਿਹਾ, ਮੈਂ ਕਿਹਾ ਜੀ ਹੁਣ, ਕਹਿੰਦੇ ਜੀ ਸਾਡੀਆਂ ਬੱਸਾਂ ਤਾਂ ਨਹੀਂ ਆਉਣੀਆਂ, ਤੁਸੀਂ ਪ੍ਰਾਈਵੇਟ ਬੱਸਾਂ ਮੰਗਾ ਲਓ। ਮੈਂ ਪ੍ਰਾਈਵੇਟ ਬੱਸਾਂ ਮੰਗਾ ਲਈਆਂ। ਜਦੋਂ ਬੱਸਾਂ ਮੰਗਾ ਲਈਆਂ ਤਾਂ ਫਿਰ ਕਹਿੰਦੇ ਜੀ ਅਜੇ ਰੋਕੋ ਜੀ, ਅਜੇ 40-50 ਬੰਦੇ ਉਹਨਾਂ ਦੇ ਅੰਦਰ ਆ, ਕਿਉਂਕਿ ਟਾਈਮ ਨਿਗਾ ਰਹੇ ਸੀਗੇ। ਤਾਂ 1:30 ਵਜੇ ਦੇ ਕਰੀਬ ਸਾਨੂੰ SHO ਕਹਿੰਦਾ ਜੀ ਆਪਣੀਆਂ ਬੱਸਾਂ ਤਾਂ ਨਹੀਂ ਆਉਣੀਆਂ, ਨਾ ਇਹ ਬੱਸਾਂ ਗੇਟ ਰਾਹੀਂ ਜਾ ਸਕਦੀਆਂ। ਆਪਾਂ ਜੇ ਚੱਲਣਾ ਤਾਂ ਇੱਥੋਂ ਪੈਦਲ ਚੱਲੀਏ ਅਤੇ ਤੁਸੀਂ ਸ਼ੇਰਾਂ ਵਾਲੇ ਚੌਂਕ 'ਚ ਰੁਕ ਜਾ ਜੀ, ਅਤੇ ਉਦੋਂ ਅੱਗੇ ਅਸੀਂ ਇਹਨਾਂ ਨੂੰ ਲੈ ਜਾਵਾਂਗੇ। ਪੁਲਿਸ ਦੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਅੱਗੇ 200 ਦੇ ਕਰੀਬ ਜਿਹੜੀ ਆ ਪੁਲਿਸ ਜਿਹੜੀ ਉਹ ਲੱਗੀ ਹੈ। ਚਲੋ ਅਸੀਂ ਆਖਿਆ ਕਿ ਠੀਕ ਆ ਬਈ, ਜੇ ਇੱਕ SHO ਆਣ ਕੇ ਕਹਿ ਰਿਹਾ, DSP ਕਹਿ ਰਿਹਾ, SP ਕਹਿ ਰਿਹਾ, ਅਤੇ ਆਪਾਂ ਨੂੰ ਕਿ ਅਸੀਂ ਇੱਥੋਂ ਜਿਹੜਾ ਇੱਕ ਕਾਫਲਾ ਲੈ ਕੇ ਚੱਲ ਪਏ। ਔਰ ਸ਼ੇਰਾਂ ਵਾਲੇ ਚੌਂਕ ਦੇ ਵਿੱਚ ਸੇਮ ਉਸੇ ਤਰ੍ਹਾਂ ਹੀ ਸਾਨੂੰ SP ਚੌਧਰੀ ਮਿਲੇ, DSP ਜੀਰਾ ਮਿਲਿਆ। ਤਾਂ ਇਹ ਕਹਿਣ ਲੱਗੇ ਜੀ ਤੁਸੀਂ ਐਂ ਕਰੋ, ਜਿਹੜੇ ਪੰਚ ਸਰਪੰਚ ਨੇ ਉਹਨਾਂ ਨੂੰ ਸਾਡੇ ਨਾਲ ਭੇਜ ਦਿਓ, ਅਤੇ ਤੁਸੀਂ ਇੱਥੇ ਰੁਕ ਜਾਓ, ਅਸੀਂ ਇਹਨਾਂ ਦੇ ਕਾਗਜ਼ ਦਾਖਲ ਕਰਾ ਕੇ ਅਸੀਂ ਤੁਹਾਡੇ ਕੋਲ ਇਹਨਾਂ ਨੂੰ ਛੱਡ ਜਾਵਾਂਗੇ। ਮੈਂ ਕਿਹਾ ਠੀਕ ਆ। ਅਸੀਂ ਉਹਨਾਂ ਨੂੰ ਜਦੋਂ ਸਰਪੰਚਾਂ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਅਲੱਗ ਕਰਤਾ ਉਸ ਭੀੜ 'ਚੋਂ, ਜਦੋਂ ਅਲੱਗ ਕਰਤਾ ਅਤੇ ਇਹ ਜਿਹੜਾ DSP ਅਤੇ SP ਸੀ ਇਹ ਆਪਦੀਆਂ ਗੱਡੀਆਂ 'ਚ ਬਹਿ ਗਏ ਅਤੇ ਉਹਨਾਂ ਨੂੰ ਕਹਿੰਦੇ ਤੁਰੋ। ਮੈਂ SP ਦੀ ਗੱਡੀ ਰੋਕ ਲਈ, ਮੈਂ ਕਿਹਾ SP ਸਾਹਿਬ ਮੈਂ ਆਪਦੇ ਪੰਚ ਸਰਪੰਚ ਮਰਾਉਣੇ ਨਹੀਂ ਗੇ, ਜਾਂ ਤਾਂ ਤੁਸੀਂ ਇਹਨਾਂ ਨਾਲ ਪੈਦਲ ਚੱਲੋ, ਅਤੇ ਨਹੀਂ ਤਾਂ ਮੈਂ ਕਿਹਾ ਉਹ ਅੱਗੇ ਟਰਾਲੀਆਂ ਅਤੇ ਅਸਲਾ ਉਹਨਾਂ ਦੇ ਕੋਲ ਆ, ਠੀਕ ਹੈ, ਉਹਨਾਂ ਨੇ ਮੈਂ ਕਿਹਾ ਸਾਡੇ ਬੰਦਿਆਂ 'ਤੇ ਹਮਲਾ ਕਰ ਦੇਣਾ, ਸਾਡਾ ਨੁਕਸਾਨ ਹੋ ਜਾਣਾ। ਅਤੇ DSP ਕਹਿੰਦਾ ਜੀ ਫਿਕਰ ਨਾ ਕਰੋ, ਮੈਂ ਅੱਗੇ ਜਾ ਰਿਹਾ ਵਾਂ, ਮੈਂ ਜਾ ਕੇ ਬਿਲਕੁਲ ਕਲੀਅਰ ਕਰਾਉਂਦਾ ਅਤੇ ਫਿਰ ਤੁਸੀਂ ਆ ਜਾਓ। SP ਸਾਹਿਬ ਵੀ ਮਨਾਲ ਹੀ ਚਲੇ ਗਏ, ਅਤੇ ਜਿਹੜਾ SHO ਸੀਗਾ ਜਿਹੜੀ ਜੀਰੇ ਥਾਣੇ ਦੀ ਪੁਲਿਸ ਸੀ ਉਹ ਸਾਡੇ ਕੋਲ ਰਹਿ ਗਈ। ਉਹਨਾਂ ਨੇ ਸਾਨੂੰ ਕਿਹਾ ਕਿ ਫੋਨ ਆ ਜਾਂਦੇ ਜੀ, ਜਦੋਂ ਫੋਨ ਆਇਆ ਉਦੋਂ ਤੁਸੀਂ ਚੱਲਿਓ। ਅਸੀਂ ਜਦੋਂ ਕਰੀਬ 1:45 ਅਸੀਂ ਉੱਥੇ ਪਹੁੰਚੇ ਹਾਂ ਵੱਡੇ ਚੌਂਕ 'ਚ, ਤਾਂ ਅਸੀਂ ਅਜੇ ਜਾ ਹੀ ਰਹੇ ਸੀ ਕਿ ਅੱਗੋਂ DSP ਜੀਰਾ ਇੱਕ ਰੋੜਿਆਂ ਵਾਲੀ ਟਰਾਲੀ ਨੂੰ ਇਸ਼ਾਰਾ ਕਰਦਾ ਪਿਆ, ਉਹਦੀ ਵੀਡੀਓ ਵੀ ਆਈ ਹੈ। ਉਹ ਇਸ਼ਾਰੇ 'ਚ ਕਹਿੰਦਾ ਲੈ ਚੱਲ ਲੈ ਚੱਲ। ਔਰ ਪੁਲਿਸ ਨੇ ਜੋ ਕੁਛ ਕਰਾਇਆ ਸਾਡੇ 'ਤੇ ਪੁਲਿਸ ਨੇ ਕਰਾਇਆ, ਔਰ ਉਹਨਾਂ ਨੇ ਜਿਹੜਾ ਪਥਰਾਅ ਕੀਤਾ। ਔਰ ਜਦੋਂ ਅਸੀਂ ਜਾ ਰਹੇ ਸੀਗੇ ਤਾਂ ਅੱਗੋਂ ਜਿਹੜੀ ਭੀੜ ਜਿਹੜੀ ਸੀ, ਜਿਹੜਾ 500-600 ਜਿਹੜਾ ਬਦਮਾਸ਼ ਆ ਰਹੇ ਸੀ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਮੁੰਡਾ ਸੀਗਾ ਕਮਾਲਗੜ੍ਹ ਦਾ, ਜਿਹਨੇ ਕਿ ਮੇਰੇ 'ਤੇ ਕਿਰਪਾਨ ਦਾ ਜਾਨੋ ਮਾਰ ਦੇਣ ਦੀ ਨੀਅਤ ਨਾਲ ਮੇਰੇ 'ਤੇ ਵਾਰ ਕੀਤਾ, ਅਤੇ ਔਰ ਉਹ ਜਿਹੜੀ ਸੀ ਕਿਰਪਾਨ ਮੇਰੀ ਉਹ ਅੱਖ 'ਤੇ ਲੱਗੀ। ਔਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਸਿੱਧੀਆਂ ਗੋਲੀਆਂ ਵੀ ਚਲਾਈਆਂ, ਸਾਰਾ ਕੁਛ ਕੀਤਾ। MLA ਦਾ ਮੁੰਡਾ ਉੱਥੇ ਸੀ, ਔਰ ਪਹਿਲਾ ਅਫੈਰ ਜਿਹੜਾ ਸੀ ਉਹ ਇਹਨੇ ਸ਼ੰਕਰ ਕਟਾਰੀਆ ਨੇ ਕੀਤਾ, ਕਹਿੰਦਾ ਫੜ ਲਓ, ਕਹਿੰਦਾ ਇਹਨਾਂ ਨੂੰ ਤਾਂ ਅੱਜ ਸਰਪੰਚ ਬਣਾ ਕੇ ਭੇਜੀਏ। ਕਿਉਂਕਿ ਇਹੋ ਜਿਹੇ ਹਾਲਾਤ ਆ, ਔਰ ਇਹ ਹਾਲਾਤ ਕਿਉਂ ਇਹਨਾਂ ਨੇ ਬਣਾਏ, ਉਹ ਇਸ ਕਰਕੇ ਬਣਾਏ ਕਿਉਂਕਿ ਪਿੰਡ ਜਿਹੜੇ ਸੀ ਉਹ 20-25 ਲੱਖ ਦੀ ਬੋਲੀ 'ਤੇ ਲਾ ਦਿੱਤੇ। ਅੱਜ 234 ਪੰਚਾਇਤਾਂ ਨੇ ਸਾਡੇ ਜੀਰੇ ਹਲਕੇ ਦੀਆਂ, ਔਰ 234 ਪੰਚਾਇਤਾਂ 'ਚ ਕੋਈ ਇੱਕ ਪੰਚਾਇਤ ਨਹੀਂ ਇਹ ਗੱਲ ਕਹਿੰਦੀ ਕਿ ਅਸੀਂ, ਕੋਈ ਕਹਿੰਦਾ ਮੈਂ 20 ਲੱਖ ਦਿੱਤਾ, ਕੋਈ ਕਹਿੰਦਾ ਮੈਂ 15 ਲੱਖ ਦਿੱਤਾ, ਕੋਈ ਕਹਿੰਦਾ ਮੈਂ 25 ਦਿੱਤਾ, ਅਤੇ 30-35 ਵਾਲੇ ਵੀ ਹੈਗੇ ਆ। ਕਿਉਂਕਿ ਇਸ ਕਰਕੇ ਇਹਨਾਂ ਨੂੰ ਇਹ ਸੀਗਾ ਕਿ ਜੇ ਕਾਂਗਰਸ ਦੇ ਉਮੀਦਵਾਰ ਖੜ੍ਹੇ ਹੋ ਗਏ ਤਾਂ ਸਾਨੂੰ ਪੈਸੇ ਵਾਪਸ ਕਰਨੇ ਪੈਣਗੇ। ਇਸ ਕਰਕੇ ਇਹਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਸਾਡੇ ਆ ਬੰਦਿਆਂ ਦੇ ਉੱਪਰ ਜਿਹੜਾ ਹਮਲਾ ਕੀਤਾ। ਜੀ ਸੱਤਾ ਧਿਰ ਇਸ ਤੋਂ ਪਹਿਲਾਂ ਵੀ ਅਸੀਂ ਜਿੰਨੇ ਵੀ ਚੋਣਾਂ ਦੇਖੀਆਂ ਆ ਤਾਂ ਸਵਾਲ ਸੱਤਾ ਧਿਰ 'ਤੇ ਉੱਠਦੇ ਆ। ਪਿਛਲੀ ਵਾਰ ਜਦੋਂ ਤੁਹਾਡੀ ਸਰਕਾਰ ਸੀ, ਤੁਸੀਂ ਵਿਧਾਇਕ ਸੀ, ਤੁਹਾਡੇ 'ਤੇ ਵੀ ਬੜੇ ਸਵਾਲ ਉੱਠੇ, ਤੁਹਾਡੀਆਂ ਸਰਬਸੰਮਤੀਆਂ ਨੂੰ ਲੈ ਕੇ ਵੀ ਸਵਾਲ ਉੱਠੇ, ਉਸ ਵੇਲੇ ਵੀ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ। ਪਰ ਹੁਣ ਤੁਸੀਂ ਜਦੋਂ ਵਿਰੋਧੀ ਧਿਰ 'ਚੋਂ ਤਾਂ ਉਹ ਇਲਜ਼ਾਮਾਂ ਨੂੰ ਫਿਰ ਕਿਵੇਂ ਦੇਖੀਏ, ਕਿਉਂਕਿ ਤੁਹਾਨੂੰ ਲੈ ਕੇ ਵੀ ਬੜੇ ਸਵਾਲ ਉੱਠਦੇ ਰਹੇ। ਉਦੋਂ ਵੀ ਇਹ ਗੱਲ ਕਰਦਾ ਸੀ, ਨਾ ਧੱਕੇਸ਼ਾਹੀ ਸਹੀ ਹੈ ਅਤੇ ਨਾ ਹੀ ਮੈਂ ਸਹਿਣਾ ਅਤੇ ਨਾ ਹੀ ਕਿਸੇ ਨੂੰ ਕਰਨ ਦਿਆ। ਉਦੋਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇੱਥੇ ਬਾਦਲ ਸਾਹਿਬ ਨੇ ਧਰਨਾ ਲਾਇਆ ਸੀ, ਉਦੋਂ ਧੱਕੇਸ਼ਾਹੀ ਉਹ ਕੀ ਸੀ ਕਿ ਜਿਹੜਾ ਨੋਨੀ ਮਾਣ ਆ, ਜਿਹੜਾ ਜਿੰਦੂ ਆ, ਜਿਹੜੇ ਜਿੰਨੇ ਵੀ ਉੱਧਰ ਦੇ ਲੀਡਰ ਆ,
ਉਹ ਘੱਟੋ ਘੱਟ 2000 ਬੰਦਾ ਨਾਲ ਲੈ ਕੇ ਇੱਥੇ ਕਾਗਜ਼ ਦਾਖਲ ਕਰਨ ਲਈ ਆਏ ਸੀਗੇ ਕਿ ਅਸੀਂ ਜਿਹੜੇ ਆ ਕਿ ਅਸੀਂ ਆਪਦੇ ਦਬਾਅ ਦੇ ਨਾਲ ਜਿਹੜਾ ਉਹ ਪੇਪਰ ਵੀ ਦਾਖਲ ਕਰਾਂਗੇ ਔਰ ਇਹਨਾਂ ਨੂੰ ਪੇਪਰ ਨਹੀਂ ਦਾਖਲ ਕਰਨ ਦੇਣੇ ਅਤੇ ਉਹ ਇਸ ਕਰਕੇ ਜਿਹੜਾ ਉਹ ਉਦੋਂ ਝਗੜਾ ਹੋਇਆ ਸੀਗਾ। ਉਸ ਤੋਂ ਬਾਅਦ ਸਰਪੰਚੀਆਂ ਵੀ ਆਈਆਂ, ਜ਼ਿਲ੍ਹਾ ਪ੍ਰੀਸ਼ਦ ਵੀ ਆਈਆਂ ਨੇ, ਕੋਈ ਇੱਕ ਲੜਾਈ ਝਗੜਾ ਕਿਤੇ ਵਿਖਾ ਦਿਓ। ਜੇ ਇੱਕ ਵੀ ਲੜਾਈ ਝਗੜਾ ਹੋਵੇ ਫਿਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ 2 ਦਿਨ ਦੀ ਡੇਟ ਵਧਾਈ ਸੀ, ਉਹ 2 ਦਿਨ ਦੀ ਡੇਟ ਦੇ ਵਿੱਚ ਮੈਂ ਗੱਲ ਕਹਿੰਦਾ ਕਿ ਇੱਥੇ ਧਰਨੇ 'ਤੇ ਬੈਠੇ ਰਹੇ ਸੁਖਬੀਰ ਬਾਦਲ, ਇੱਥੇ ਧਰਨੇ 'ਤੇ ਬੈਠਿਆ ਰਿਹਾ ਬਿਕਰਮਜੀਤ ਮਜੀਠੀਆ। ਅਸੀਂ ਤਾਂ ਕਿਹਾ ਸੀਗਾ ਕਿ ਭਾਈ ਤੁਸੀਂ ਆਪਦਾ ਆਓ ਅਤੇ ਆਣ ਕੇ ਭਰ ਲਓ। ਉਹਨਾਂ ਦੋਵਾਂ ਦਿਨਾਂ ਦੇ ਵਿੱਚ ਉਹ ਧਰਨੇ ਤੋਂ ਬਹਿ ਕੇ ਉੱਥੋਂ ਹੀ ਉੱਠ ਕੇ ਚਲੇ ਗਏ। ਅੱਛਾ, ਜਿਹੜੇ ਹੁਣ ਹੀ ਹਾਲਾਤ ਪੈਦਾ ਹੋਏ ਜੀਰਾ ਸਾਹਿਬ, ਜੀਰਾ ਦੀ ਘਟਨਾ ਅਸੀਂ ਦੇਖੀ ਤਾਂ ਹਜੇ ਚੋਣਾਂ ਤਾਂ ਹੋਣਗੀਆਂ, ਹਾਲੇ ਤਾਂ ਪ੍ਰੋਸੈਸ ਵੀ ਜਿਹੜਾ ਹੈਗਾ ਚੱਲ ਰਿਹਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਮਨ ਅਮਾਨ ਦੇ ਨਾਲ ਇਹ ਚੀਜ਼ਾਂ ਹੋ ਜਾਣ, ਇਹ ਚੋਣ ਜਿਹੜੀ ਹੋ ਜੇ, ਉਹਨੂੰ ਲੈ ਕੇ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਜਾਂ ਫਿਰ ਤੁਹਾਡੀ ਕੀ ਕੋਸ਼ਿਸ਼ ਰਹੇਗੀ? ਕੀ ਤੁਸੀਂ ਇਸ ਪੂਰਾ ਘਟਨਾਕ੍ਰਮ ਨੂੰ ਲੈ ਕੇ ਜਾਂ ਤੁਹਾਡੇ ਸੱਟ ਵਿੱਚ ਕੋਈ ਕਾਰਵਾਈ ਹੋ ਗਈ ਜਾਂ ਤੁਸੀਂ ਕੋਈ ਹੋਰ ਕਾਨੂੰਨੀ ਰਸਤਾ ਤਿਆਰ ਕਰੋਗੇ? ਅਜੇ ਤੱਕ ਤਾਂ ਜਿਹੜੀ ਪੁਲਿਸ ਪ੍ਰਸ਼ਾਸਨ ਆ ਕੁੰਭਕਰਨ ਦੀ ਨੀਂਦ ਸੌਂ ਰਿਹਾ, ਕੋਈ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ। ਮੈਂ ਰਾਤੀ ਹਾਰ ਕੇ ਰਾਜਾ ਵੜਿੰਗ ਜੀ ਨੂੰ 1 ਵਜੇ ਕਾਲ ਕੀਤੀ, ਉਹਨਾਂ ਦਾ ਮੈਨੂੰ ਫੋਨ ਆਇਆ, ਮੈਨੂੰ ਕਹਿੰਦੇ ਕਿ ਜੀਰਾ ਬਿਆਨ ਹੋ ਗਏ। ਮੈਂ ਕਿਹਾ ਜੀ ਨਹੀਂ ਹੋਏ। ਫਿਰ 1:30 ਵਜੇ ਦੇ ਕਰੀਬ ਰਾਤ ਨੂੰ 2 SI ਆਉਂਦੇ ਆ, ਉਹ ਮੇਰੇ ਬਿਆਨ ਲੈ ਕੇ ਜਾਂਦੇ ਆ। ਸਵੇਰੇ ਫਿਰ DSP ਜੀਰਾ ਕਹਿੰਦਾ ਕਿ ਇਹ ਬਿਆਨ ਨਹੀਂ ਠੀਕ ਜੀ, ਦੁਬਾਰਾ ਬਿਆਨ ਦਿਓ। ਮੈਂ ਕਿਹਾ ਜੀ ਦੁਬਾਰਾ ਬਿਆਨ ਲੈ ਲਓ। ਸਵੇਰੇ 7 ਵਜੇ ਦੇ ਬਿਆਨ ਲਏ ਆ, ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਇਹੋ ਜਿਹੇ ਪੁਲਿਸ ਅਫਸਰਾਂ ਨੂੰ ਇੱਥੇ ਚੱਲਦਾ ਕਰਨਾ ਚਾਹੀਦਾ। ਔਰ ਗੱਲ ਇਹ ਆ ਕਿ ਇਹ ਜਿੰਨੀ ਵੀ ਲੜਾਈ ਦਾ ਮੁੱਢ ਬੰਨਿਆ DSP ਜੀਰਾ ਨੇ ਬੰਨਿਆ, ਔਰ ਇੱਥੋਂ ਦਾ ਜਿਹੜੀ ਜ਼ਿਲ੍ਹੇ ਦੀ ਜਿਹੜੀ ਪੁਲਿਸ ਆ ਉਹ ਉਹਨਾਂ ਦੀ ਜਿਹੜੇ ਆ ਕਿ ਉਹਨਾਂ 'ਤੇ ਕਾਰਵਾਈ ਹੋਵੇ, ਇਹ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਦੀ ਜ਼ਿੰਮੇਵਾਰੀ ਸੀ। ਔਰ ਜਿਹੜਾ ਸ਼ੰਕਰ ਕਟਾਰੀਆ ਜਿਹਨੇ ਇੱਕ ਪੋਸਟ ਪਾ ਕੇ ਇਹ ਗੱਲ ਕਹੀ ਕਿ ਤਕੜੇ ਹੋ ਜਾਓ, ਅੱਜ ਭਾਜੀਆਂ ਲਾਉਣੀਆਂ ਨੇ, ਠੀਕ ਹੈ, ਉਹ ਮੈਂ DGP ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਸੀ। ਮੈਂ ਸਵੇਰ ਤੋਂ 6:30 ਵਜੇ ਤੋਂ ਜਿਹੜਾ ਇਹਨਾਂ ਦੇ ਧਿਆਨ 'ਚ ਲਿਆ ਰਿਹਾ ਸੀਗਾ, ਪਰ ਇਹ ਪੁਲਿਸ ਦੀ ਨਲਾਇਕੀ ਕਰਕੇ ਇਹ ਸਾਰਾ ਕੁਛ ਹੋਇਆ। ਅੱਛਾ, ਕੀ ਸਮਝਦੇ ਹੋ ਤੁਹਾਡੇ ਉਮੀਦਵਾਰ ਫਿਰ ਇਸ ਪੂਰੇ ਹਾਲਾਤ ਦੇ ਦੌਰਾਨ ਵੀ ਨਾਮਜ਼ਦਗੀਆਂ ਦਾਖਲ ਕਰਨਗੇ? ਤੁਹਾਨੂੰ ਲੱਗਦਾ ਹੈ ਕਿ ਐਸੇ ਮਾਹੌਲ ਦੇ ਵਿੱਚ ਨਿਰਪੱਖ ਚੋਣ ਤੁਹਾਨੂੰ ਲੱਗਦਾ ਹੈ ਕਿ ਹੋਏਗੀ ਜਾਂ ਤੁਹਾਨੂੰ ਹਲੇ ਵੀ ਜਿਸ ਤਰ੍ਹਾਂ ਦਾ ਕਈ ਥਾਵਾਂ 'ਤੇ ਅਸੀਂ ਘਟਨਾਵਾਂ ਦੇਖੀਆਂ ਤਾਂ ਕਿ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ? ਗੱਲ ਇਹ ਆ ਕਿ ਮੈਨੂੰ ਪ੍ਰਧਾਨ ਜੀ ਦੀ ਕਾਲ ਆਈ ਸੀਗੀ, ਰਾਜਾ ਵੜਿੰਗ ਜੀ ਦੀ, ਆਪਣਾ ਸੁਖਜਿੰਦਰ ਸਿੰਘ ਰੰਧਾਵਾ ਜੀ ਵੀ ਹੁਣੇ ਪਹੁੰਚ ਰਹੇ ਨੇ, ਬਾਜਵਾ ਸਾਹਿਬ ਦੀ ਵੀ ਮੈਨੂੰ ਕਾਲ ਆਈ ਸੀ, ਤ੍ਰਿਪਤ ਬਾਜਵਾ ਜੀ ਵੀ ਬੈਠੇ ਨੇ ਔਰ ਹੋਰ ਵੀ MLA ਸਾਹਿਬਾਨ ਜਿਹੜੇ ਆਏ ਨੇ। ਔਰ ਮੈਂ ਇਹ ਗੱਲ ਕਹਿੰਦਾ ਕਿ ਮੈਂ 4 ਤਰੀਕ ਨੂੰ ਨੋਮੀਨੇਸ਼ਨ ਕਰਨੀ, ਔਰ ਪ੍ਰਧਾਨ ਜੀ ਰਾਜਾ ਵੜਿੰਗ ਜੀ ਦਾ ਮੈਨੂੰ ਕਾਲ ਆਈ ਕਿ ਮੈਂ ਹਰਿਆਣੇ ਇਲੈਕਸ਼ਨ 'ਚ ਹਾਂ, ਕਿ ਜੀਰਾ ਜੇ 4 ਤਰੀਕ ਨੂੰ ਕਰਨੇ ਆ ਤਾਂ ਮੈਂ ਪਹੁੰਚਾਂਗਾ। ਮੈਂ ਅੱਜ ਵੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵਾਂ ਕਿ ਜਿਹੜੀਆਂ ਸਾਡੀਆਂ ਨਾਮਜ਼ਦਗੀਆਂ ਨੇ ਉਹ ਭਰਵਾਈਆਂ ਜਾਣ ਔਰ ਇਲੈਕਸ਼ਨ ਜਿਹੜਾ ਸ਼ਾਂਤਮਈ ਕਰਾਇਆ ਜਾਵੇ, ਤਾਂ ਕਿ ਭਗਵੰਤ ਮਾਨ ਜੀ ਤੁਹਾਨੂੰ ਵੀ ਪਤਾ ਲੱਗੇ ਕਿ ਤੁਹਾਡੇ ਜਿਹੜੇ ਚੇਤੇ ਆ, ਜਿਹੜੇ ਵਿਧਾਇਕ ਨੇ ਤੁਹਾਡੇ, ਉਹਨਾਂ ਦੀਆਂ ਵਿਜੀਲੈਂਸ ਇਨਕੁਆਇਰੀਆਂ ਤੁਹਾਨੂੰ ਇਹਨਾਂ ਦੀਆਂ ਕਰਾਉਣੀਆਂ ਪੈਣਗੀਆਂ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਹਨਾਂ ਦੀਆਂ ਕਰਤੂਤਾਂ ਕੀ ਨੇ। 1 ਵੀ ਮੈਂਬਰ ਇਹਨਾਂ ਦਾ ਨਹੀਂ ਬਣਦਾ ਗਾ ਜੇ ਇਲੈਕਸ਼ਨ ਹੋ ਜਾਣ ਤਾਂ। ਕੁਲਬੀਰ ਜੀਰਾ ਹੋਣੀ, ਜੀਰਾ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਜੋ ਕੁਝ ਵਾਪਰਿਆ ਸਭ ਦੇ ਸਾਹਮਣੇ, ਪਰ ਕਹਿੰਦੇ ਨੇ ਕਿ 4 ਤਰੀਕ ਨੂੰ ਇੱਕ ਵਾਰੀ ਫਿਰ ਤੋਂ ਜਾਣਗੇ ਨਾਮਜ਼ਦਗੀਆਂ ਜਿਹੜੀਆਂ ਉਹ ਭਰਵਾਈਆਂ ਜਾਣ, ਪਰ ਇਸ ਹਾਲਾਤ ਨੂੰ ਦੇਖ ਕੇ ਕਿਤੇ ਨਾ ਕਿਤੇ ਲਾ ਐਂਡ ਆਰਡਰ ਦੀ ਚਿੰਤਾ ਜ਼ਰੂਰ ਪੈਦਾ ਹੁੰਦੀ ਹੈ ਔਰ ਜ਼ਿੰਮੇਵਾਰੀ ਬਣ ਜਾਂਦੀ ਹੈ ਸਿਸਟਮ ਦੀ, ਪ੍ਰਸ਼ਾਸਨ ਦੀ, ਕਿ ਇਸ ਪੂਰੇ ਮਾਹੌਲ ਦੇ ਦੌਰਾਨ ਲੋਕਤੰਤਰ ਦੀ ਰਾਖੀ ਕਿਵੇਂ ਕੀਤੀ ਜਾਣੀ ਹੈ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਜੀਰਾ।